रात दिन
रस के कुकने कब हूं के सुने पुकार ना सोइए ना सोइए क्या तू सोया क्या तू सोया जाग ए आना ना सोइए जाग ले हो रे मना जाग ले हो ना सोइए जाग ले हो रे मना जाग ले हो कहाँ गाफिल सोया ना सोइए कहाँ गाफिल सोया नैनो नींद नैनो नींद पर दृष्ट विकार सरवण सोए सरवण सोए सुन नींद विचार ना सोइए असार ना सोइए रस ना सोई रस ना सोई लोभ मीठे साध मन सोया मन सोया माया बिस्मार ना सोइए मन सोया माया बिस्मार इस ग्रह में कोई जागत रहे केसो कुकिया इस ग्रह में कोई जागत रहे ना सोइए आसार केसो केसो कुकिया अज वाले लड़ी मुताबक बाबा कबीर जी दे श्लोक दा एक एक लफज अन्वय करके समझन दी लोड़ है केसो लफज अलहदा समझना है सोइए प्रचलित गुरमत दा दृष्टांत है उन्हूं समझ आसार सोइए और अगली संबोधन है आसार ते कुकना लफज जेड़ा है इंदा अपना प्रभाव है आवाज देना कुछ होर गल है कुकना कुछ होर गल है कूक दे नाल जुड़िया होया एक लफ्ज है पुकार किसे नू आवाज देनी कुछ होर गल है पुकारना कुछ होर गल है पुकारिया दुख वेले उखियाई वेले किसे दी मदद लई पुकारना है गुरु ने बाणी विच हर एक लफ्ज नू स्पष्ट कीता है
ਕਹਿੰਦੇ ਨੇ ਹਾਂ ਹਾਂ ਪ੍ਰਭ ਰਾਖ ਲਿਓ, ਹਾਂ ਹਾਂ ਕਰਕੇ ਆਵਾਜ਼ ਦੇਣੀ ਤੇ ਦੋਵੇਂ ਹੱਥ ਉੱਪਰ ਚੁੱਕ ਕੇ ਆਵਾਜ਼ ਦੇਣੀ, ਇੱਕ ਪੁਕਾਰ ਦਾ ਦ੍ਰਿਸ਼ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਲਫ਼ਜ਼ ਦੋਨੋਂ ਇਕੱਠੇ ਕਰ ਦਿੱਤੇ। ਉੱਪਰ ਭਜਾ ਕਦੋਂ, ਭੁਜਾ ਕਦੋਂ ਹੁੰਦੀ ਹੈ? ਜਦੋਂ ਹੱਥ ਖੜੇ ਹੋ ਜਾਣ। ਆਪਾਂ ਕਹਿੰਦੇ ਫਲਾਣੇ ਦੇ ਹੱਥ ਖੜੇ ਹੋ ਗਏ, ਜਿੱਥੇ ਆਪਣਾ ਵਸ ਨਾ ਰਹੇ, ਜਿੱਥੇ ਆਪਣੀ ਸ਼ਕਤੀ ਨਾ ਰਹੇ, ਬੇਵੱਸ ਹੋ ਜਾਏ, ਤੇ ਉਦੋਂ ਮਨੁੱਖ ਕਹਿੰਦਾ ਮੇਰੇ ਤਾਂ ਹੱਥ ਖੜੇ ਨੇ, ਹੁਣ ਮੈਨੂੰ ਤੇਰੇ ਅੱਗੇ ਪੁਕਾਰ ਹੈ, ਤੂੰ ਮੇਰੀ ਰਖਵਾਲੀ ਕਰ। ਗੁਰੂ ਨੇ ਬਾਣੀ ਵਿੱਚ ਵੀ ਲਫ਼ਜ਼ ਪੁਕਾਰ ਦੇ ਨਾਲ ਹੱਥ ਖੜੇ ਦਿਖਾ ਦਿੱਤੇ। ਕਹਿਣ ਲੱਗੇ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਤਿੰਨ ਹੋਂ ਲਿਆ ਉਬਾਰੀ, ਜਦੋਂ ਮੈਂ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਕਿ ਮੇਰੇ ਹੱਥ ਖੜੇ ਨੇ, ਤਾਂ ਫਿਰ ਨਿਰਭਰ ਕਿਹਦੇ 'ਤੇ ਹੋ ਗਿਆ? ਗੁਰੂ 'ਤੇ। ਜਿੰਨੀ ਦੇਰ ਆਪਣੇ ਆਪ 'ਤੇ ਨਿਰਭਰ ਹੈ, ਇਹਦਾ ਮਤਲਬ ਆਪਣੀ ਸ਼ਕਤੀ 'ਤੇ ਵੀ ਮਾਣ ਰੱਖਦਾ ਵੀ ਮੈਂ ਕੁਝ ਕਰ ਸਕਣਾ, ਅਤੇ ਜਦੋਂ ਹੱਥ ਖੜੇ ਕਰ ਦਿੰਦਾ ਫਿਰ ਕਹਿੰਦਾ ਮੇਰੇ ਕੋਲ ਕੋਈ ਸ਼ਕਤੀ ਨਹੀਂ, ਉਦੋਂ ਪੁਕਾਰ ਬਣ ਜਾਂਦੀ ਹੈ। ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹੋਂ ਲਿਆ ਉਹ ਵਾਰੀ। ਹੁਣ ਇੱਥੇ ਲਫ਼ਜ਼ ਬਾਬਾ ਕਬੀਰ ਜੀ ਦੇ ਦੋ ਲਾਈਨਾਂ ਦੇ ਸਲੋਕ ਵਿੱਚ ਇਹ ਸਾਰੇ ਲਫ਼ਜ਼ ਨੇ। ਪਹਿਲਾ ਲਫ਼ਜ਼ ਕੇਸੋ, ਕੇਸੋ ਦਾ ਅਰਥ ਹੈ ਕੇਸਾਂ ਵਾਲਾ, ਕੇਸਾਂ ਵਾਲਾ। ਹੁਣ ਇਹ ਵੀ ਸੋਚਣਾ ਕੇਸਾਂ ਵਾਲਾ ਤਾਂ ਦੇਹ ਹੋ ਹੀ ਗਈ। ਅਸੀਂ ਕਹਿੰਦੇ ਹਾਂ ਉਹ ਨਿਰੰਕਾਰ ਹੈ, ਨਿਰਾਕਾਰ ਹੈ, ਬਹੁਤੀਆਂ ਗੱਲਾਂ ਗੁਰਬਾਣੀ ਦੀਆਂ ਸਮਝਣ ਵਾਲੀਆਂ ਨੇ। ਸ਼ਬਦਾਵਲੀ ਡੂੰਘਾਈ ਨਾਲ ਵਰਤੀ ਹੈ ਗੁਰੂ ਨੇ, ਉਹਦਾ ਮਤਲਬ ਇੱਕ ਨਹੀਂ ਜਿਹੜਾ ਅਸੀਂ ਸਮਾਪਤ ਕਰ ਦਈਏ ਉੱਥੇ। ਹੁਣ ਜੇ ਅਸੀਂ ਕੇਸਾਂ ਦਾ ਮਤਲਬ ਸਿਰਫ ਕੇਸ ਦੇਖਣ ਵਿੱਚ ਲੈਣਾ, ਫਿਰ ਤਾਂ ਉਹ ਦੇਹਧਾਰੀ ਹੋ ਗਿਆ। ਕੇਸੋ ਔਰ ਬਾਣੀ ਵਿੱਚ ਵੀ ਲਫ਼ਜ਼ ਆ ਗਏ, ਗੁਰੂ ਨੇ ਆਖ ਦਿੱਤਾ ਕਿ ਹੇ ਮੇਰੇ ਮਾਲਕ, ਤੇਰੇ ਬੰਕੇ ਲੋਇਨ, ਉਹ ਵੀ ਅੱਖਾਂ ਦਾ ਲਫ਼ਜ਼ ਆ ਗਿਆ, ਤੇਰੇ ਬੰਕੇ ਲੋਇਨ ਅੱਖਾਂ ਦਾ ਲਫ਼ਜ਼ ਆ ਗਿਆ, ਕੰਨਾਂ ਦਾ ਆ ਗਿਆ, ਦੰਤ ਰਿਸਾਲਾ ਮੋਤੀਆਂ ਵਰਗੇ ਤੇਰੇ ਦੰਦ, ਤੇਰਾ ਨੱਕ ਵੀ ਬੜਾ ਸੋਹਣਾ ਹੈ। ਹੁਣ ਅਗਲੇ ਪਾਸੇ ਕੀ ਲਫ਼ਜ਼ ਨੇ? ਤੇਰੇ ਬੰਕੇ ਲੋਇਨ ਦੰਤ ਰਿਸਾਲਾ ਸੋਹਣੇ ਨੱਕ ਜਿਣ ਲੰਬੜੇ ਵਾਲਾ, ਉੱਥੇ ਗੱਲ ਕਿਸਾਂ ਦੀ ਆ ਗਈ, ਤੇਰੇ ਵਾਲ ਲੰਬੇ। ਇਸੇ ਲਈ ਤੇਰਾ ਨਾਂ ਕੇਸਵ ਹੈ, ਕੇਸੋ ਹੈ, ਕੇਸੋ ਕੇਸੋ ਕੁਕੀ ਹੈ, ਹੈ ਉਹ ਨਿਰੰਕਾਰ ਨਿਰਆਕਾਰ ਹੈ, ਕੇਸੋ ਕੇਸੋ ਕੁਕੀ ਹੈ। ਔਰ ਕੇਸੋ ਲਫ਼ਜ਼, ਕੇਸਵ ਲਫ਼ਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅਣਗਿਣਤ ਥਾਵਾਂ 'ਤੇ ਆਇਆ, ਰੱਬ ਨੂੰ ਮੁਖਾਤਬ ਕਰਦੇ ਹਾਂ। ਇੱਕ ਪਾਸੇ ਆਖਿਆ ਨਿਰਆਕਾਰ ਹੈ, ਫਿਰ ਉਹਨੂੰ ਮੇਰੇ ਆਕਾਰ ਨੂੰ ਕੇਸੋ ਕਿਵੇਂ ਆਖਿਆ? ਜ਼ਰਾ ਇੱਥੇ ਖਲੋਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਕੇਸਵਾ ਬਚਾਉਣੀ, ਰੱਬ ਦੇ ਬਚਨ, ਅਈਏ ਮਈਏ ਏਕ ਆਣ ਜੀਓ, ਔਰਤ ਮਰਦ ਸਭ ਲਈ ਇੱਕੋ ਜਿਹੇ ਨੇ, ਬਾਬਾ ਨਾਮਦੇਵ ਜੀ ਦਾ ਸ਼ਬਦ ਵੀ ਹੈ, ਮੇਰੋ ਬਾਪ ਮਾਧੋ ਤੂੰ ਧਨ ਕੇਸੋ ਸ਼ਾਮਲੀ ਉਹ ਬੀਟ ਲਾਏ। ਹੁਣ ਇੱਥੇ ਦੇਖਣਾ ਹੈ, ਜਿੰਨੇ ਨਾਮ ਨੇ ਮੇਰੇ ਮਾਲਕ ਦੇ ਉਹ ਗੁਣਾਂ 'ਤੇ ਸੰਬੋਧਨ ਨੇ,
शरीर ते संबोधन ने। हुण केस जड़े ने ये सुंदरता दा प्रतीक पुरातनता तो मन रहे ने मन्ने जा रहे ने निरी सुंदरता नहीं शक्ति दा प्रतीक। सैमसन दा एक पुराना का पुरानी कहावत इतिहास जहा है ना बनिया मिथास जहा वो भी वह साबित करता है कि किसी नूं शक्तिहीन करन लई उहदे केस कटने पैंदे ने। केस शक्ति दा प्रतीक मन्ने गए ने। आम जीवन विच लै लो जदों मनुख केसां तों फड़िया जांदा उदों बेवस होया। गुरु ने क्यों बाणी अंदर लफ़ज जो जम आए केस गए पटके केसां तों फड़ना। असीं समझने जदों मनुख केसां तों फड़िया गया मेन शक्ति उहदी खत्म हो गई। हुण उहदा हिलना जुलना उहदे वस नहीं रहा। इत्थे गुरबाणी अंदर भी लफज आ गया जो जम आए केस गए पटके तो दिन कछ ना बसाएगा तेरे बस कुछ नहीं रहना। जदों मौत ने आके तेनू केसां तो फड़ लिया। पंच दूत मूड पर ठाडे पंजे काम करो लोग भी तेरे सिर ते बह के तेनू केसां तो फड़ लेंदे ने। ताइयों तू उन्हां दे अधीन हो जाना। अनुय करना देखने संज्ञा केड़ा वर्तिया जा रहा है। पंच दूत मूड पर ठाडे केस गए फिर आवत है। उन्हें तेनू केसा तो फड़िया होया तो फिर रहा जिधर काम क्रोध लोभ मोह अहंकार तेनू चाहुंदा है उधर तो तुर पैना क्योंकि उन्हें केसा तो फड़िया होया। केसा नू फड़ तो फड़ लेना एक मानो शक्ति अपने हाथ ले लेनी अगले दी के शक्ति प्रतीक है। गुरु बार बार कह रहे ने जो जम आए केस पंच दूत मूड पर ठाडे केस गहे फिरावते दिष्ट ना आवाय अंध अज्ञानी सोए रहे मधमावत है। हुण देखना है इसे लई लफज मेरे रब क्योंकि वो महान शक्तिवान है सब तो सर्वशक्तिमान है। इसलिए उन्हें संज्ञा केसां दी दे दित्ती संज्ञा दित्ती है क्योंकि केस जिहड़े ने वह शक्ति प्रतीक ने। उन्हें केसव आख दिता तेरे वाल बड़े लंबे भाव तेरी शक्ति बड़ी वड्डी है वड्डी हूँ वड्डा अपार तेरा मर्तबा सुन वड्डा आख है सब को केवल वड्डा। ये वड्याई शक्ति दा प्रतीक ने सुंदरता ते शक्ति दा प्रतीक ने वाल केस। इसलिए केसव लफज जिहड़ा रब लई वरत्या गया है वह अत सुंदर मन मोहन प्यारे ते तू सर्वशक्तिमान वड्डी शक्ति दा मालक है इसलिए वरत्या गया है। उहदे नाम नाल ये गुण रूप केसव लफज शरीर दा अंग रूप नहीं गुण रूप केसव। जे शरीर के अंग का मसला आवे तो फिर महानता नहीं छड़ी केसा की वक्री शरीर के बाकी अंगों वगू है। सतगुरु ने आके हाड़ जरे जैसे लकड़ी का तूला केस जरे जैसे घास का पूला। पर शक्तिवान जिनी देर लगे हुए ने उन्नी देर तुहाडे कोल एक शक्ति ने। इस डॉक्टर भी मनते ने मैडिकली भी गल मनी गई है कि केस एक बड़ी शक्ति का प्रतीक ने। इत्थे रब नूं इसे लई आख्या गया सोने नक जिन लंबड़े वाला तू केसव है। हुण मसला आ गया केसो केसो कुकिए रब रब आखिए उहदे अगे फरियाद करिए कुकिए लफज फरियाद दा है। कुका मनुख उदों मारदा जदों बेवस हो कोई बौड़ी करदा आपां कहिंदे बौड़ी करनी किसे कोलों मदद दी हैल्प दी मंग करनी। कहन लगे पर हैल्प दी मंग ओही करेगा जिन्नू दुख दा एहसास होवेगा। दुख दा एहसास कई वारी पीड़ा हुंदी है ते उदों उस पीड़ा दा एहसास गवाण वास्ते अपना इंजेक्शन ला देंगे।
ਇਹ ਨਹੀਂ ਕਿ ਪੀੜਾ ਖਤਮ ਹੋ ਜਾਂਦੀ ਹੈ, ਸਿਰਫ ਪੀੜਾ ਦਾ ਅਹਿਸਾਸ ਖਤਮ ਹੋ ਜਾਂਦਾ ਹੈ। ਇੰਜੈਕਸ਼ਨ ਨਾਲ ਪੀੜਾ ਦਾ ਅਹਿਸਾਸ ਖਤਮ ਹੋ ਜਾਂਦਾ ਹੈ। ਇਸ ਲਈ ਇੱਕ ਖਿਆਲ ਕਰਿਓ, ਸੁੱਤਿਆਂ ਵੀ ਇੱਕ ਪੀੜਾ ਦਾ ਅਹਿਸਾਸ ਖਤਮ ਹੁੰਦਾ ਹੈ। ਨੀਂਦ ਦੀ ਗੋਲੀ ਕਿਉਂ ਦਿੰਦੇ ਨੇ ਦਰਦ ਵੇਲੇ? ਤਾਂ ਕਿ ਇਹ ਸੌਂ ਜਾਏ ਅਤੇ ਇਹਨੂੰ ਇਹ ਸਾਰੀ ਨਾ ਰਵੇ ਕਿ ਮੈਨੂੰ ਕੋਈ ਪੀੜਾ ਹੈ। ਅਸਾਰ ਦਾ ਆਖਰੀ ਅਰਥ ਹੈ ਬਿਨਾਂ ਜਾਣ ਪਛਾਣ, ਜਿਹਦੇ ਬਾਰੇ ਜਿੱਥੇ ਕੁਛ ਵੀ ਜਾਣਦਾ ਨਹੀਂ, ਸਮਝਦਾ ਨਹੀਂ, ਪਛਾਣਦਾ ਨਹੀਂ। ਅਗਿਆਨਤਾ ਦਾ ਦੂਜਾ ਨਾਂ ਅਸਾਰ ਹੈ। ਸਾਰ ਕੀ, ਤੈਨੂੰ ਮੇਰੀ ਸਾਰ ਕੀ, ਤੂੰ ਮੈਨੂੰ ਕੀ ਜਾਣਨਾ? ਸਾਰ ਦਾ ਮਤਲਬ ਹੈ ਜਾਣਨਾ, ਅਖਰੀ ਅਰਥ ਸਾਰ ਦਾ ਮਤਲਬ ਜਾਣਨਾ, ਤੇ ਅਸਾਰ ਦਾ ਮਤਲਬ ਹੈ ਕੁਛ ਨਾ ਜਾਣਨਾ। ਤੇ ਕੋਈ ਮਨੁੱਖ ਜਦੋਂ ਸੌਂਦਾ ਉਦੋਂ ਕੀ ਹੁੰਦਾ? ਅਸਾਰ। ਘਰ ਵਿੱਚ ਚੋਰੀ ਹੋ ਗਈ, ਹੁਣ ਜਾਗ ਕੇ ਹਾਲ ਭਾਰੀਆ ਪਾਏਗਾ ਨਾ ਵੀ ਮੇਰੇ ਘਰ ਚੋਰੀ ਹੋ, ਚੋਰ ਆ ਗਿਆ ਨੇ, ਮੇਰੀ ਰਾਖੀ ਕਰੋ। ਜੇ ਸੁੱਤਾ ਪਿਆ ਕੀ ਕਰੇਗਾ? ਉਹ ਅਸਾਰ ਹੈ, ਉਹਨੂੰ ਪਤਾ ਹੀ ਨਹੀਂ ਮੇਰੇ ਘਰ ਵਿੱਚ ਚੋਰ ਆ ਗਿਆ ਨੇ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ, ਉਹ ਆਪਣੀ ਲਹਿ। ਮਸਲਾ ਤਾਂ ਇਹ ਹੈ, ਕਹਿਣ ਲੱਗੇ ਤੂੰ ਨੀਂਦ ਵਿੱਚ, ਅਗਿਆਨਤਾ ਦੀ ਨੀਂਦ ਵਿੱਚ ਅਸਾਰ ਹੋ ਗਿਆ ਹੈ। ਵੇਖੀ, ਆਪਣੀ ਪੀੜਾ ਦਾ ਅਹਿਸਾਸ ਕਰੀ ਕਿ ਤੂੰ ਕਿੱਥੇ ਘਿਰ ਗਿਆ, ਕਿਉਂ ਜੇ ਸੰਸਾਰ ਵਿੱਚ ਆ ਵਸਿਆ। ਇਸ ਲਈ ਜੇ ਤੇਰਾ ਕੋਈ ਜੀਵਨ ਦਾ ਇੱਕ ਇੱਕ ਪਲ ਨੁਕਸਾਨ ਹੋ ਰਿਹਾ, ਇੱਕ ਇੱਕ ਸਵਾਸ ਵਿਅਰਥ ਹੋ ਰਿਹਾ, ਤਾਂ ਸੌਂ ਨਾ, ਉਸ ਪੀੜਾ ਦਾ ਅਹਿਸਾਸ ਕਰ ਕਿ ਸੁੱਖ ਸੁੱਖੂ ਕੀ ਹੈ, ਰੱਬ ਰੱਬ ਆਖ। ਕਿਉਂਕਿ ਅਸਾਰ ਮਨੁੱਖ ਜਿਹੜਾ ਪੀੜਾ ਲਈ ਪੁਕਾਰਦਾ, ਉਹ ਵੀ ਇੱਕ ਖਿਆਲ ਕਰਿਓ ਕਿਸੇ ਉਸੇ ਕੋਲ ਪੀੜਾ ਲਈ ਪੁਕਾਰਨ ਦਾ ਕੂਕ ਕਰਨ ਦਾ ਫਾਇਦਾ ਹੈ ਜਿਹਦੇ ਕੋਲ ਆਪਣੇ ਕੋਲ ਪੀੜਾ ਨਹੀਂ। ਇਸ ਸੰਸਾਰ ਵਿੱਚ ਪੀੜਾ ਦਾ ਕੀ ਫਾਇਦਾ? ਜੇ ਦੁਨੀਆਂ ਦੇ ਮਨੁੱਖ ਨੂੰ ਆਪਣੀ ਹੈਲਪ ਲਈ ਆਵਾਜ਼ ਦੇਗਾ ਜਿਸ ਪੀੜਾ ਦਾ ਇੱਥੇ ਜ਼ਿਕਰ ਹੈ? ਕਹਿਣ ਲੱਗੇ ਦੁਨੀਆਂ ਤਾਂ ਆਪ ਦੁਖੀ ਹੈ। ਆਪਾਂ ਰੋਜ਼ ਸ਼ਬਦ ਗੁਰਬਾਣੀ ਦਾ ਪੜ੍ਹਨੇ ਹਾਂ ਕਿ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਸਰ ਲੰਕ ਗਵਾਏ। ਰਾਵਣ ਵੀ ਰੋ ਰਿਹਾ, ਰਾਮ ਵੀ ਰੋ ਰਿਹਾ। ਰਾਵਣ ਰੋਵੇ ਦਸਰ ਲੰਕ ਗਵਾਏ, ਜਿਨ ਸੀਤਾ ਦੀ ਡੋਰੂ ਆਏ। ਰੋਵੇ ਪਾਂਡਵ ਭੈ ਮਜੂਰ, ਜਿਨ ਕੇ ਸਵਾਮੀ ਰਹਿਤ ਹਦੂਰ। ਜਿਹੜੇ ਕ੍ਰਿਸ਼ਨ ਦੇ ਬਿਲਕੁਲ ਸਵਾਮੀ ਜੀ ਨੂੰ ਸਮਝਦੇ ਨੇ, ਉਹਨਾਂ ਦੇ ਨਾਲ ਰਹਿੰਦੇ ਨੇ, ਉਹਨਾਂ ਦਾ ਸਾਥੀ ਹੈ, ਉਹ ਪਾਂਡਵ ਵੀ ਰੋ ਰਹੇ ਨੇ। ਔਰ ਅਖੀਰ 'ਤੇ ਇੱਕ ਲਫਜ਼ ਨੇ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਹੁਣ ਦੁਖੀਏ ਨੂੰ ਪੁਕਾਰਨ ਦਾ ਕੀ ਫਾਇਦਾ ਹੋਵੇਗਾ? ਜਿਹੜਾ ਦੁਖੀਅਤ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਦੁੱਖ ਕਿਸੇ ਪੈ ਆਖੀਏ, ਸੁੱਖ ਜਿਸੇ ਹੀ ਪਾਸ। ਜਿਹੜਾ ਆਪ ਦੁਖੀ ਹੈ, ਉਹਦੇ ਕੋਲ ਤੂੰ ਆਪਦੀ ਜੋ ਦੁੱਖ ਜਾ ਕੇ ਪੁਕਾਰੇਗਾ, ਤੇ ਉਹ ਆਪਣੇ ਦੁੱਖਾਂ ਦੀ ਕਹਾਣੀ ਤੇਰੇ ਸਾਹਮਣੇ ਰੱਖ ਦੇਵੇਗਾ। ਇਸ ਲਈ ਕਹਿੰਦੇ ਨੇ ਕਿ ਕੈਸੋ ਕੈਸੋ ਕੂਕੂ ਕੀ ਹੈ। ਦੁਨੀਆਂ ਦੇ ਸਾਹਮਣੇ ਪੁਕਾਰਨ ਦਾ ਕੋਈ ਫਾਇਦਾ ਨਹੀਂ। ਜੇ ਤੈਨੂੰ ਰੱਬ ਚੇਤੇ ਹੈ, ਜੇ ਤੂੰ ਉਹਦੀ ਸ਼ਕਤੀ ਨੂੰ ਜਾਣਦਾ ਹੈ, ਪਛਾਣਦਾ ਹੈ, ਤੇ ਫਿਰ ਆਪਣੇ ਜੀਵਨ ਦੇ ਦੁੱਖਾਂ ਦੀ ਕਹਾਣੀ ਇੱਕੋ ਸੁੱਖਾਂ ਦੇ ਮਾਲਕ ਦੇ ਸਾਹਮਣੇ ਕਰ। ਅਰਦਾਸ ਕਹਿੰਦੀ ਅੱਗੇ ਕਰਨੀ। ਬਾਬਾ ਕਬੀਰ ਜੀ ਦਾ ਇਹ ਸਲੋਕ ਬੜੇ ਇੱਕ ਇੱਕ ਲਫਜ਼ ਤੋਂ ਕੁਛ ਦਿੰਦਾ ਹੈ। ਕਹਿਣ ਲੱਗੇ ਕਿ ਸੋ ਕੋਈ ਸੋ ਕੂਕੀਏ ਨਾ ਸੋਈਏ ਆਸਾਰ, ਆਸਾਰ ਨਾ ਹੋ ਤੈਨੂੰ ਸਾਰ ਹੋਵੇ, ਤੈਨੂੰ ਆਪਣਾ ਪੀੜਾ ਦਾ ਅਹਿਸਾਸ ਹੋਵੇ। ਪਰ ਕਹਿਣ ਲੱਗੇ ਮੈਂ ਦੇਖਦਾ ਕੀ ਆ, ਜਿਹੜੇ ਆਸਾਰ ਲੋਕ ਨੇ ਉਹ ਅੱਜ ਦੇ ਸੰਸਾਰ ਅੰਦਰ, ਇਸ ਲਈ ਕਹਿ ਦਿੱਤਾ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਉਹਨਾਂ ਨੂੰ ਇਹ ਸਾਰੀ ਨਹੀਂ ਕਿ ਇਹ ਵੀ ਪੀੜਾ ਹੈ। ਸਰਵਣ ਸੋਏ ਸੁਣ ਨਿੰਦ ਵਿਚਾਰ। ਬਲਕਿ ਜਦੋਂ ਆਸਾਰ ਮਨੁੱਖ ਸੌਂਦਾ ਨਾ,
ਨੀਂਦ ਹੈ ਹੀ ਅਸਾਰਤਾ ਦੀ ਨਿਸ਼ਾਨੀ। ਸਾਧੂ ਨੇ ਬਾਣੀ ਵਿੱਚ ਇਸੇ ਲਈ ਕਹਿ ਦਿੱਤਾ ਕਿ ਜੇ ਬਾਦਸ਼ਾਹ ਵੀ ਆਪਣੇ ਸਿੰਘਾਸਨ 'ਤੇ ਸੌਂ ਜਾਏ, ਨਰਪਤ ਇੱਕ ਸਿੰਘਾਸਨ ਸੋਇਆ, ਉਹਨੂੰ ਕੀ ਪਤਾ ਮੈਂ ਸਿੰਘਾਸਨ 'ਤੇ ਸੁੱਤਾਂ ਕਿ ਜ਼ਮੀਨ 'ਤੇ ਸੁੱਤਾਂ, ਭਿਖਾਰੀਆਂ ਕਿ ਬਾਦਸ਼ਾਹ, ਆਸਾਰ ਹੋ ਗਿਆ ਨਾ। ਸੌਣਾ ਅਗਿਆਨਤਾ, ਨਾ ਕੁਛ ਜਾਣਨਾ ਇੱਕ ਆਸਾਰ ਦੀ ਨਿਸ਼ਾਨੀ ਹੈ। ਇਸ ਲਈ ਜਿੰਨੀ ਦੇਰ ਆਸਾਰ ਤੋਂ ਸਾਰ ਵਿੱਚ, ਜਾਗਣ ਵਿੱਚ, ਚੇਤਨਤਾ ਵਿੱਚ ਨਹੀਂ ਆਉਂਦਾ, ਓਨੀ ਦੇਰ ਇਹਨੂੰ ਰੱਬ ਵੀ ਚੇਤੋ ਕਿਸੇ ਵੀ ਚੇਤੇ ਨਹੀਂ ਆਉਂਦਾ, ਓਨੀ ਦੇਰ ਅਰਦਾਸ ਵੀ। ਇਹੋ ਕਾਰਨ ਹੈ ਅੱਜ ਮੈਂ ਦੇਖਣਾ ਕਿ ਵਾਰ ਵਾਰ ਇੱਕ ਗੱਲ ਦੁਹਰਾਈ ਜਾ ਰਹੀ ਹੈ ਕਿ ਰੱਬ ਤੁਹਾਡਾ ਕੋਈ ਹੈਲਪਰ ਨਹੀਂ, ਕੋਈ ਐਸੀ ਸ਼ਕਤੀ ਨਹੀਂ ਜਿਹੜਾ ਤੁਹਾਡੀ ਸਹਾਇਤਾ ਕਰੇ। ਹੁਣ ਮੈਂ ਹੈਰਾਨ ਹੁੰਦਾ, ਚਲੋ ਇੱਕ ਵੱਖਰਾ ਵਿਸ਼ਾ ਹੈ ਕਿ ਇੱਕ ਪਾਸੇ ਰਾਕਸ਼ਸ ਨੇ, ਮੈਂ ਕਿਸੇ ਅਗਲੇ ਪ੍ਰੋਗਰਾਮ ਵਿੱਚ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੁੰਦਾ, ਇੱਕ ਪਾਸੇ ਰਾਕਸ਼ਸ ਨੇ, ਇੱਕ ਪਾਸੇ ਦੇਵਤੇ ਨੇ। ਰਾਕਸ਼ਾਂ ਕੋਲੋਂ ਡਰਦੇ ਦੇਵਤੇ ਘਰ ਬਾਰ ਛੱਡ ਗਏ ਨੇ। ਹੁਣ ਜੇ ਅਸੀਂ ਬਚਿੱਤਰ ਨਾਟਕ ਵਿੱਚ ਕਹਾਣੀਆਂ ਵੇਖੀਏ ਤਾਂ ਉੱਥੇ ਇਹੋ ਹੀ ਨੇ, ਅਤੇ ਸ਼ਰਨ ਕਹਿੰਦੀ 'ਚ ਗਏ ਨੇ ਔਰਤ ਦੀ ਹੈ, ਇੱਕ ਮਰਦ, ਇੱਕ ਦੇਵਤਾ, ਅਤੇ ਸ਼ਰਨ ਕਹਿੰਦੀ 'ਚ ਆਉਂਦਾ ਦੁਰਗਾ ਦੀ ਦੇ 'ਚ, ਉਹ ਔਰਤ ਹੈ। ਅਨੇਕਾਂ ਐਸੇ ਸਵਾਲ ਨੇ ਜਿਹੜੀ ਬੇਸਾਰ ਹੋਣ ਕਰਕੇ, ਆਸਾਰ ਹੋਣ ਕਰਕੇ ਸਾਨੂੰ ਪਤਾ ਹੀ ਨਹੀਂ ਕੂਕਣਾ ਕਹਿੰਦੇ ਅੱਗੇ। ਅਤੇ ਬਾਬਾ ਕਬੀਰ ਜੀ ਨੇ ਅੱਜ ਦੇ ਸਲੋਕ ਵਿੱਚ ਸਪਸ਼ਟ ਕਰ ਦਿੱਤਾ ਹੈ, ਕਹਿੰਦੇ ਨੇ ਭਲਿਆ ਕਿ ਸੋ ਕੇ ਸੋ ਕੂਕੀਏ, ਜਿਹਦੇ ਕੋਲ ਦੁੱਖ ਕੋਈ ਨਹੀਂ, ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਹਾਰ ਨਹੀਂ ਸਭ ਜਿੱਤੇ ਹੈ, ਜਿਹਦੇ ਕੋਲ ਦੁੱਖ ਕੋਈ ਨਹੀਂ ਸੁੱਖ ਹੀ ਸੁੱਖ ਨਹੀਂ। ਤਾਂ ਸੰਸਾਰ ਤਾਂ ਇਹ ਹਾਲਤ ਹੈ, ਹੁਣੇ ਤੁਕਾਈ ਸੀ ਨਾਨਕ ਦੁਖੀਆ ਸਭ ਸੰਸਾਰ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾਨਕ ਸਿਓ ਕੋਏ। ਜਿਹਦੇ ਕੋਲ ਜਾ ਕੇ ਵੇਖੇਗਾ, ਜਿਹਨੂੰ ਤੂੰ ਬੜਾ ਸੁਖੀ ਸਮਝਣਾ ਹੈ, ਅਮੀਰ ਦੌਲਤਵੰਦ ਘਰ ਦੇ ਸਾਰੇ ਸੁੱਖ ਤੋਂ ਦੇ ਮਹਾਲ ਮਾੜੀਆਂ ਦਾ ਮਾਲਕ ਸਮਝਣਾ, ਜ਼ਰਾ ਉਹਦੇ ਨੇੜੇ ਹੋ ਕੇ ਉਹਦੇ ਦਿਲ ਦੀ ਗੱਲ ਜਾਣਨ ਲਈ ਉਹਨੂੰ ਛੇੜ ਕੇ ਵੇਖ, ਉਹ ਦਸਾਂ ਦੁੱਖਾਂ ਵਿੱਚ ਘਿਰਿਆ ਹੋਇਆ, ਉਹਦੇ ਅੰਦਰ ਦੀ ਵਿਲਕਣਾ ਹੈ। ਅਤੇ ਗੁਰੂ ਨੇ ਇਸੇ ਲਈ ਆਖਿਆ, ਕਹਿਣ ਲੱਗੇ ਉਹਨੂੰ ਕੂਕ ਆਪਣੀ ਪੁਕਾਰ ਉਹਦੇ ਅੱਗੇ ਕਰ ਜਿਹਦੇ ਕੋਲ ਦੁੱਖ ਕੋਈ ਨਹੀਂ। ਸੁੱਖ ਸਾਗਰ, ਸੁਰਤਰ, ਚਿੰਤਾਮਨ, ਕਾਮਧੇਨ ਬਸ ਜਾਂਕੇ ਹੈ, ਜਿਹਦੇ ਹੱਥ ਵਿੱਚ ਸਾਰੇ ਸੁੱਖ ਸਿੱਖਦੇ ਹੈ, ਜਿਹਦੇ ਕੋਲ ਦੁੱਖ ਕੋਈ ਨਹੀਂ ਹੈ, ਨਾ ਉਹ ਕਦੀ ਆਪ ਦੁਖੀ ਹੁੰਦਾ ਹੈ, ਨਾ ਕਦੀ ਤੇਰਾ ਦੁੱਖ ਵੇਖਣਾ ਚਾਹੁੰਦਾ। ਪਰ ਤੂੰ ਪੁਕਾਰ ਤਾਂ ਉਹਦੇ ਅੱਗੇ ਕਰ ਨਾ, ਤੂੰ ਪੁਕਾਰ ਕਰ ਰਿਹਾ ਮਨੁੱਖਾਂ ਅੱਗੇ। ਸਤਿਗੁਰੂ ਕਹਿੰਦੇ ਨੇ, ਮਨੁੱਖ ਕੀ ਟੇਕ ਬਿਰਥੀ ਸਮਝਾਣ, ਦੇਵਨ ਕੋ ਏਕ ਹੈ ਭਗਵਾਨ, ਜਿਸ ਕਹਿ ਦੀਏ ਰਹਿ ਅਗਾਏ, ਬੋਰ ਨ ਤਿਸ਼ਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਨੁੱਖ ਕੇ ਕਿਸ਼ਨਾ ਹੀ ਹਾਥ, ਵੇਖ ਤਿਸ ਕਾ ਹੁਕਮ ਬੂਝ ਸੁਖ ਹੋਏ। ਅਸੀਂ ਰੋਜ਼ ਪੜ੍ਹ ਰਹੇ, ਤਿਸ ਕਾ ਨਾਮ ਰੱਖ ਕੰਠ ਪਰ ਹੋਏ। ਸਤਿਗੁਰੂ ਕਹਿੰਦੇ ਨੇ, ਇਸ ਲਈ ਬਾਬਾ ਕਬੀਰ ਜੀ ਨੇ ਵੀ ਇਸੇ ਲਈ ਕਹਿ ਦਿੱਤਾ, ਕਹਿਣ ਲੱਗੇ ਕਿਸੋ ਕਿਸੋ ਕੂਕੀਆ, ਆਪਣੇ ਮਨ ਦੀ ਪੁਕਾਰ, ਜੇ ਸੰਸਾਰ ਅੰਦਰ ਤੈਨੂੰ ਕੋਈ ਦੁੱਖ ਦਾ ਅਹਿਸਾਸ ਹੋ ਜਾਏ, ਤੂੰ ਆਸਾਰ ਨਾ ਹੋਵੇਂ, ਸਾਰ ਜਾਣਦਾ ਹੋਵੇਂ ਕਿ ਮੈਂ ਕਿਉਂ ਪਰੇਸ਼ਾਨ, ਕਹਿਣ ਲੱਗੇ ਤਾਂ ਫਿਰ ਐਸੇ ਪ੍ਰਭੂ ਅੱਗੇ ਅਰਦਾਸ ਕਰੀ ਜਿਹਦੇ ਕੋਲ ਆਪਣੇ ਕੋਲ ਸੁੱਖ ਹੀ ਸੁੱਖ ਨੇ, ਦੁੱਖ ਕੋਈ ਨਹੀਂ। ਕਿਸੋ ਕਿਸੋ ਕੂਕੀਏ, ਨਾ ਸੋਈਏ ਐਸਾਰ, ਕਾਲਾ ਵੀ ਨਾ ਪਈ। ਅਸੀਂ ਬੜੀ ਜਲਦੀ, ਸਾਡੇ ਅੱਜ ਦੁਖਾਂਤ ਕੀ ਹੈ, ਅਸੀਂ ਸਮਝਦੇ ਹਾਂ ਰੱਬ ਉਹ ਮਨੁੱਖ ਹੈ, ਉਹ ਸਾਧ ਹੈ ਜਿਹੜਾ ਸਿਰ 'ਤੇ ਹੱਥ ਧਰੇ ਅਤੇ ਆਖੇ ਬਸ
बेटा तेरे सारे दुख तेरे सारे पाप निवृत्त कर दिते। उन्हें अपनी मुट्ठी विच जिवें तेरे लिए मुक्ति रखी हो गई है तेरी झोली पा दे गए। गुरु कहिंदे ने जे तू अपने मालिक अगे सार समझ के उन्दे अगे अरदास करेगा तो वह मालिक अनसुनी नहीं करता। अज नहीं सवेरे तेरी पुकार जरूर सुनेगा। संसार का मनुख तो ऐसा हो सकता है कूक पुकार को ना सुने होए ओ औखा होए होए रोया। गुरबाणी है हलत पलत दोवें गए नित भुखा कूके तिहाया। भुखा ते तिहाया तिहाया का मतलब प्यासा। नित भुख प्यास नाल तिहाया कूकदा रहेगा पर तेरी पुकार कोई नहीं सुनेगा क्योंकि संसार तो आप दुखी है। मैं जानिया दुख मुझ को दुख सवाया जग ते जिस संसार को है नहीं दुख उन्दे अगे तू अपने जाके दुख रोवेगा तो की फायदा होगा। और यो गल बाबा कबीर जी ने दो श्लोक दो लाइन के श्लोक विच दृढ़ कराई ते आख्या ना सोइए आसा ना सोइए आसा केसो केसो कुकिए केसो केसो कुकिए ना सोइए आसा रात दिवस के कुकने रात दिवस के कुकने कबू के सुने पुकार कबू के सुने पुकार सर्वशक्तिमान जिंदे को सारे सुख ने ते फिर ऐसी नींद ना सौ कि नरपत एक सिंघासन सोया सुपने पर भिखारी बन जाए। अछत राज बिछरत दुख पाया कहन लगे ऐसी नींद सुता के एहो हालत मेरी हो गई। अछत राज बिछरत दुख पाया सो गत भई हमारी नींद है ते नींद असार कर दिंदी है। जिस वेले सार आएगी नींद खुलेगी ता ही पुकार करेगा ता ही कूकेगा। इसलिए चंगी गल ये है कि केसो केसो कूकिए ना सोइए असार रात दिवस के कूकने कबहू कैसरे पुकार। वो तेरी पुकार सुन सकता है क्योंकि उसनु पुकार सुनन दा सुभा है। अरदास सुनदा है सिर्फ की है कि तेरे मन दी धीरज धर्म ठरम में विश्वास नु परखदा है। इना शब्दा नाल खिमांदा जा चुका फतेह बुलाओ वाहिगुरु जी का खालसा वाहिगुरु जी की फतेह।